ਹਾਂਜੀ ਸਟੂਡੈਂਟਸ ਅੱਜ ਆਪਾਂ ਚੈੱਕ ਕਰਾਂਗੇ ਵੀ ਪਲਾਸਟਿਕ ਹੈ ਜਿਹੜਾ ਪੂਰ ਕੰਡਕਟਰ ਆਫ ਇਲੈਕਟ੍ਰਿਸਿਟੀ ਹੈ ਜਾਂ ਨਹੀਂ ਮਤਲਬ ਪਲਾਸਟਿਕ ਦੇ ਵਿੱਚੋਂ ਬਿਜਲੀ ਨਿਕਲਦੀ ਹੈ ਜਾਂ ਨਹੀਂ ਨਿਕਲਦੀ ਇੱਕ ਐਕਟੀਵਿਟੀ ਕੁਐਸਚਨ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਇੱਕ ਸਰਕਟ ਡਾਇਗਰਾਮ ਬਣਾਉਂਗੇ ਤੁਸੀਂ ਸਰਕਟ ਡਾਇਗਰਾਮ ਦੇ ਵਿੱਚ ਆਪਣੇ ਕੋਲੇ ਤਾਰਾਂ ਨੇ ਇੱਕ ਵੱਲਵ ਹੈ ਇੱਕ ਬੈਟਰੀ ਯੂਜ਼ ਕੀਤੀ ਹੋਈ ਆਪਾਂ ਇੱਕ ਕੀ ਯੂਜ਼ ਕੀਤੀ ਹੋਈ ਆ ਤੇ ਇੱਕ ਪੀਵੀਸੀ ਰੋਡ ਪੀਵੀਸੀ ਰੋਡ ਮਤਲਬ ਇੱਕ ਪਲਾਸਟਿਕ ਦੀ ਰੋਡ ਲਾਈ ਹੋਈ ਆਪਾਂ ਸਰਕਟ ਦੇ ਵਿੱਚ ਜਦੋਂ ਸਾਰਾ ਸਰਕਟ ਆਪਾਂ ਔਨ ਕਰ ਦਾਂਗੇ ਕੀ ਨੂੰ ਔਨ ਕਰ ਦਾਂਗੇ ਤਾਂ ਇਹਦੇ ਵਿੱਚ ਜਿਹੜਾ ਬੱਲਬ ਹੈ ਉਹ ਨਹੀਂ ਜਗੂਗਾ ਸੇਮ ਸਰਕਟ ਆਪਾਂ ਦੁਬਾਰਾ ਓਪਨ ਕਰਾਂਗੇ ਬਟ ਰੌਡ ਦੀ ਜਗ੍ਹਾ ਆਪਾਂ ਇੱਥੇ ਇੱਕ ਮੈਟਲ ਰੌਡ ਲਗਾ ਦਾਂਗੇ ਮੈਟਲ ਰੌਡ ਮਤਲਬ ਕੋਈ ਲੋਹੇ ਦਾ ਪੀਸ ਲਗਾ ਦਾਂਗੇ ਜਾਂ ਫਿਰ ਕੋਈ ਕਾਪਰ ਦਾ ਪੀਸ ਲਗਾ ਦਾਂਗੇ ਜਿਹਨੂੰ ਆਪਾਂ ਮੈਟਲ ਰੌਡ ਕਹਾਂਗੇ ਇਸ ਤੋਂ ਬਾਅਦ ਜਿਹੜਾ ਬੱਲਬ ਹੈ ਉਹ ਜਗਣਾ ਸ਼ੁਰੂ ਹੋ ਜਾਏਗਾ ਪਰ ਜੇ ਪੀਵੀਸੀ ਰੌਡ ਲਗਾਵਾਂਗੇ ਤਾਂ ਬੱਲਬ ਨਹੀਂ ਜਗੂਗਾ ਇਸ ਐਕਟੀਵਿਟੀ ਤੋਂ ਆਪਾਂ ਨੂੰ ਇਹ ਸ਼ੋਅ ਹੁੰਦਾ ਹੈ ਵੀ ਜਿਹੜਾ ਪਲਾਸਟਿਕ ਹੈ ਇਹਦੇ ਵਿੱਚੋਂ ਬਿਜਲੀ ਧਾਰਾ ਨਹੀਂ ਨਿਕਲਦੀ ਪਲਾਸਟਿਕ ਬਿਜਲੀ ਦਾ ਇੱਕ ਪੂਰ ਕੰਡਕਟਰ ਯਾਨੀ ਚਾਲਕ ਨਹੀਂ ਹੈ